ਨਾਮਜ਼ਦਗੀਆਂ ਦੇ ਦੂਜੇ ਦਿਨ ਦਿਗਜਾਂ ਨੇ ਕਾਗਜ਼ ਭਰੇ ਜਿਨ੍ਹਾਂ ਦੇ ਵਿੱਚ ਵਿਜੇਂਦਰ ਸਿੰਗਲਾ, ਰਾਣਾ ਕੇਪੀ ਸਿੰਘ, ਰਜਿੰਦਰ ਕੌਰ ਪੱਠਲ, ਸੁਰਜੀਤ ਜਿਆਣੀ, ਬੰਟੀ ਰੋਮਾਣਾ, ਇਸ ਤੋਂ ਇਲਾਵਾ ਸੁੱਚਾ ਸਿੰਘ ਛੋਟੇਪੁਰ, ਅਮਨ ਅਰੋੜਾ ਸਮੇਤ ਕਈ ਵੱਡੇ ਚਿਹਰਿਆਂ ਨੇ ਆਪਣੀ ਨਾਮਜ਼ਦਗੀ ਕਰਵਾਈ। ਵੱਖ ਵੱਖ ਤੁਹਾਨੂੰ ਤਸਵੀਰਾਂ ਵਿਖਾ ਰਹੇ ਹਾਂ। ਨਾਮਜ਼ਦਗੀ ਭਰਨ ਦਾ ਕੱਲ੍ਹ ਦੂਜਾ ਦਿਨ ਸੀਗਾ ਅਤੇ ਇਸ ਦੌਰਾਨ ਵੱਖ ਵੱਖ ਪਾਰਟੀਆਂ ਦੇ ਦਿਗਜਾਂ ਦੇ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ। ਤੁਹਾਨੂੰ ਦੱਸ ਦਈਏ ਕਿ 1 ਫਰਵਰੀ ਜਿਹੜੀ ਆਖਰੀ ਤਰੀਕ ਹੈ ਨਾਮਜ਼ਦਗੀ ਭਰਨ ਦੀ, ਅਤੇ ਹਰ ਰੋਜ਼ ਵੱਡੀ ਗਿਣਤੀ ਦੇ ਵਿੱਚ ਵੱਖ ਵੱਖ ਪਾਰਟੀ ਦੇ ਉਮੀਦਵਾਰਾਂ ਦੇ ਵੱਲੋਂ ਆਪਣੀਆਂ ਨਾਮਜ਼ਦਗੀਆਂ ਭਰੀਆਂ ਜਾ ਰਹੀਆਂ ਨੇ। ਪੰਜਾਬ ਕੈਬਨਿਟ ਮੰਤਰੀ ਭਾਰਤਭੂਸ਼ਣ ਆਸ਼ੂ ਆਪਣਾ ਨੋਮੀਨੇਸ਼ਨ ਦਾਖਲ ਕਰਨ ਵਾਸਤੇ ਲੁਧਿਆਣਾ ਡੀਸੀ ਆਫਿਸ ਪਹੁੰਚੇ ਨੇ, ਮੇਰੇ ਸਾਡੇ ਨਾਲ ਮੌਜੂਦ ਨੇ, ਉਹਨਾਂ ਨਾਲ ਅਸੀਂ ਗੱਲ ਕਰਦੇ ਹਾਂ। ਸਰ, ਨੋਮੀਨੇਸ਼ਨ ਦਾਖਲ ਕਰਤਾ, ਕਿਸ ਤਰੀਕੇ ਨਾਲ ਕਹਿਣਾ ਚਾਹੂੰਗੇ, ਲੋਕਾਂ ਨੂੰ ਕੀ ਅਪੀਲ ਕਰਨਾ ਚਾਹੂੰਗੇ? ਲੋਕਾਂ ਨੂੰ ਤਾਂ ਰਿਕੁਐਸਟ ਹੈ ਜੀ, ਅਗਰ ਉਹ ਸਮਝਦੇ ਆ ਅਸੀਂ ਪਿਛਲੇ 5 ਸਾਲ 'ਚ ਡਿਲੀਵਰ ਕਰਨ ਦੀ ਕੋਸ਼ਿਸ਼ ਕੀਤੀ ਹੈ, ਜੋ ਉਹਨਾਂ ਨਾਲ ਕਮਿਟਮੈਂਟ ਸੀਗੀਆਂ ਉਹਨਾਂ ਨੂੰ ਨਿਭਾਉਣ ਦੀ ਕੋਸ਼ਿਸ਼ ਕੀਤੀ ਹੈ, ਸਾਨੂੰ ਇੱਕ ਵਾਰੀ ਦੁਬਾਰਾ ਮੌਕਾ ਦੇਣ। ਕਿੰਨਾ ਮੁੱਦਿਆਂ ਨੂੰ ਲੈ ਕੇ ਤੁਸੀਂ ਲੋਕਾਂ 'ਚ ਵਿਚਰ ਰਹੇ ਹੋ ਕਿ, ਔਰ ਕਿਹੜੇ ਕੰਮ ਰਹਿ ਗਏ ਨੇ ਤੁਹਾਡੇ ਹਲਕੇ ਦੇ ਜਿਹੜਾ ਤੁਹਾਨੂੰ ਲੱਗਦਾ ਕਿ ਇਸ ਲਈ ਅਗਲੀ ਕਰਨ ਦੇ ਪੂਰੇ ਕਰਨੇ ਜ਼ਰੂਰੀ? ਸਾਡਾ ਵਿਜ਼ਨ ਬਹੁਤ ਕਲੀਅਰ ਹੈ, ਅਸੀਂ ਜਿਹੜਾ ਵਿਕਾਸ ਦਾ ਪਹੀਆ ਰੋੜਿਆ ਹੈ ਉਹਨੂੰ ਅੱਗੇ ਤੇਜ਼ੀ ਨਾਲ ਵਧਾਉਣਾ ਆ। ਲੁਧਿਆਣਾ ਬਹੁਤ ਪਿਛੜ ਗਿਆ ਸੀਗਾ, ਅੱਜ ਜਿਹੜੇ ਸਾਰੇ ਵਿਰੋਧੀ ਖੜ੍ਹੇ ਆ ਲੋਕਾਂ ਨੇ ਟਾਈਮ ਟੂ ਟਾਈਮ ਇਹਨਾਂ ਨੂੰ ਵੀ ਮੌਕਾ ਦਿੱਤਾ ਹੈ, ਪਰ ਜੋ ਪਿਛਲੇ 5 ਸਾਲ 'ਚ ਲੁਧਿਆਣੇ ਨੇ ਵਿਟਨੈਸ ਕੀਤੀ ਹੈ, ਇੱਥੇ ਦੀ ਜੋ ਡਿਵੈਲਪਮੈਂਟ ਦਾ ਅਸੀਂ ਇੱਕ ਤਰ੍ਹਾਂ ਦਾ ਪਹੀਆ ਚਾਲੂ ਕਰਿਆ, ਇੱਕ ਪਲੇਟਫਾਰਮ ਤਿਆਰ ਕੀਤਾ ਜਿਹਦੇ 'ਤੇ ਹੁਣ ਲੁਧਿਆਣੇ ਦੀ ਡਿਵੈਲਪਮੈਂਟ ਅੱਗੇ ਵਧੇਗੀ। ਸਭ ਤੋਂ ਜ਼ਿਆਦਾ ਹੋਟ ਸੀਟ ਤੁਹਾਡੇ ਹੀ ਸੀਟ ਮੰਨੀ ਜਾਂਦੀ ਹੈ, ਔਰ ਇਸ ਸੀਟ ਦੇ ਉੱਤੇ ਤੁਸੀਂ ਕੰਪੀਟੀਸ਼ਨ ਕਿਸ ਨੂੰ ਮੰਨਦੇ ਹੋ? ਸਾਰੀਆਂ ਹੀ ਹੋਟ ਸੀਟਸ ਹੁੰਦੀਆਂ, ਤੁਸੀਂ ਜਿਹਦੇ ਮੂਹਰੇ ਵੀ ਮਾਈਕ ਕਰੋਗੇ ਉਹਨੂੰ ਹੀ ਹੋਟ ਸੀਟ ਕਹੋਗੇ। ਸੋ ਇਲੈਕਸ਼ਨ ਇਲੈਕਸ਼ਨ ਹੁੰਦਾ ਆ, ਹਰੇਕ ਨੇ ਆਪਣੀ। ਮੈਂ ਕਹਿ ਚੁੱਕਿਆ ਕਿ ਬੜਾ ਜ਼ਬਰਦਸਤ ਰਿਸਪੋਂਸ ਹੈ, ਚਾਰੇ ਪਾਸੇ ਲੋਕਾਂ 'ਚ ਉਤਸ਼ਾਹ ਹੈ। ਮੈਂ ਜਿਸ ਪਿੰਡ 'ਚ ਜਾਂਦਾ ਹੈ ਲੋਕ ਵੱਡੀ ਗਿਣਤੀ ਸਵਾਗਤ ਵਾਸਤੇ ਆਉਂਦੇ ਹੈ, ਔਰ ਲੋਕ ਇਸ ਗੱਲ ਦਾ ਭਰੋਸਾ ਦਿੰਦੇ ਹੈ ਕਿ ਇੱਥੇ ਕਿਸੇ ਦੀ ਕੋਈ ਲੜਾਈ ਨਹੀਂ। ਲੜਾਈ ਅਗਰ ਹੈ ਤਾਂ ਬੀਜੇਪੀ ਦੀ ਔਰ ਆਮ ਆਦਮੀ ਪਾਰਟੀ ਦੀ ਨੰਬਰ 2 ਦੀ ਲੜਾਈ ਹੈ ਕਿ ਨੰਬਰ 2 'ਚ ਕਿਹਨੇ ਆਉਣਾ, ਕਾਂਗਰਸ ਨਾਲ ਕੋਈ ਮੁਕਾਬਲੇ 'ਚ ਨਹੀਂ ਹੈ। ਮੈਂ ਇਹ ਕਹਿੰਦਾ ਕਿ ਚੰਨੀ ਇੱਕ ਐਸਾ ਦਲਿਤ ਪਰਿਵਾਰ ਦੇ ਵਿੱਚੋਂ ਨਿਕਲਿਆ ਹੋਇਆ ਚਿਹਰਾ ਹੈ ਜਿਹਨੇ ਗਰੀਬੀ ਦੇਖੀ ਹੈ, ਜਿਹਨੇ ਪੰਜਾਬੀਅਤ ਦੇਖੀ ਹੈ, ਜਿਹਨੇ ਹਰ ਦਰਦ ਆਪਣੇ ਪਿੰਡੇ 'ਤੇ ਹੰਢਾਇਆ, ਪੰਜਾਬ ਦੀਆਂ ਸਾਰੀਆਂ ਬਿਮਾਰੀਆਂ ਦਾ ਇਲਾਜ ਅਗਰ ਕੋਈ ਕਰ ਸਕਦਾ ਹੈ ਤਾਂ ਚਰਨਜੀਤ ਚੰਨੀ ਕਰ ਸਕਦਾ। ਅਧੂਰੇ ਜਿਹੜੇ ਕੰਮ ਪਏ ਆ ਵਿਕਾਸ ਦੇ ਉਹ ਅੱਗੇ ਲੈ ਕੇ ਜਾਣੇ, ਜਿਹੜਾ ਸਾਡਾ ਸਮਾਜਿਕ ਭਾਈਚਾਰਾ ਹੈਗਾ ਉਸਨੂੰ ਉਸੇ ਤਰੀਕੇ ਨਾਲ ਰੱਖਣਾ ਜਿਸ ਤਰੀਕੇ ਨਾਲ ਅਸੀਂ ਪਿਛਲੇ 2.5 ਸਾਲ 'ਚ ਰੱਖਿਆ, ਇੱਕ ਇਤਫਾਕ, ਇੱਕ ਪਿਆਰ, ਇੱਕ ਸਤਿਕਾਰ ਆਪਸ ਦੇ ਵਿੱਚ ਜਿਹੜਾ ਬਣਾ ਕੇ ਰੱਖਣਾ, ਔਰ ਜਿਹੜੀ ਵਿਜ਼ਨ ਹੈਗੀ ਹੈ ਜਿਸ ਨਾਲ ਦਾਖਾ ਹਲਕਾ ਜਿਹੜਾ 35-40 ਸਾਲ ਤੋਂ ਵਾਂਝੇ ਰਿਹਾ ਹੈਗਾ ਮੁੱਖ ਮੁੱਢਲੀ ਸਹਾਇਤਾ ਤੋਂ, ਉਹਨੂੰ ਦੇਖੋ ਲੁਧਿਆਣਾ ਜਿਹੜਾ ਸਾਡਾ ਫਾਈਨੈਂਸ਼ੀਅਲ ਕੈਪੀਟਲ ਹੈ ਉਹਦੇ ਨਾਲ ਮੁੱਲਾਂਪੁਰ ਦਾਖਾ ਪੈਂਦਾ, ਔਰ ਮੁੱਲਾਂਪੁਰ ਦਾਖੇ ਦੇ ਜਿਹੜੇ ਹਾਲਾਤ ਇਹੋ ਜਿਹੇ ਆ ਕਿ ਜਿਹੜੇ ਅੱਜ ਵਿਕਾਸ ਦੀਆਂ ਗੱਲਾਂ ਕਹਿੰਦੇ ਵੀ ਮੇਰੇ ਵੱਲੇ ਵਿਕਾਸ ਹੋਇਆ, ਬੇਸਿਕ ਜਿਹੜੀਆਂ ਮੁੱਦੇ ਸੀਗੇ ਪਾਣੀ ਦੀਆਂ ਟੈਂਕੀਆਂ ਤੱਕ ਨਹੀਂ ਮੁਹੱਈਆ ਕਰ ਸਕੇ ਮੁੱਲਾਂਪੁਰ ਸ਼ਹਿਰ ਨੂੰ। ਸੋ ਇਹ ਜਿਹੜਾ ਵਿਕਾਸ ਹੈਗਾ ਹਜੇ ਮੈਂ ਮਹਿਸੂਸ ਕਰਦਾ ਬਹੁਤ ਹੋਣ ਵਾਲਾ, ਬਹੁਤ ਕਰਨ ਵਾਲਾ, ਔਰ ਯੂਥ ਹੈ ਜਿਹੜਾ ਉਹਨਾਂ ਨੂੰ ਲਾਮਬੰਦ ਕਰਕੇ ਇੰਪਲੋਇਮੈਂਟ ਵੱਲ ਲੈ ਕੇ ਜਾਣਾ, ਇਹ ਮੇਰਾ ਮੁੱਖ ਨਿਸ਼ਾਨਾ ਅਤੇ ਟੀਚਾ ਰਹੂਗਾ। ਅੱਗੇ ਵਧਾਂਗੇ ਅਤੇ ਗੱਲ ਕਰਾਂਗੇ ਬਿਕਰਮ ਮਜੀਠੀਆ ਦੀ। ਸੁਪਰੀਮ ਕੋਰਟ ਤੋਂ ਬਿਕਰਮ ਮਜੀਠੀਆ ਨੂੰ 31 ਜਨਵਰੀ ਤੱਕ ਰਾਹਤ ਮਿਲ ਗਈ ਹੈ, ਯਾਨੀ ਮਜੀਠੀਆ ਦੀ ਗ੍ਰਿਫਤਾਰੀ 'ਤੇ ਰੋਕ ਲੱਗ ਗਈ ਹੈ। ਅਕਾਲੀ ਦਲ ਇਸ ਨੂੰ ਰਾਹਤ ਵਜੋਂ ਲੈ ਰਿਹਾ, ਪਰ ਕਾਂਗਰਸ ਅਕਾਲੀਆਂ ਨੂੰ ਜ਼ਿਆਦਾ ਖੁਸ਼ ਨਾ ਹੋਣ ਦੀ ਨਸੀਹਤ ਦੇ ਰਹੀ ਹੈ। ਹਾਈਕੋਰਟ ਦੇ ਵੱਲੋਂ ਬਿਕਰਮ ਮਜੀਠੀਆ ਨੂੰ ਮਿਲੀ 3 ਦਿਨ ਦੀ ਰਾਹਤ ਨੂੰ ਸੁਪਰੀਮ ਕੋਰਟ ਨੇ ਅੱਗੇ ਜਾਰੀ ਰੱਖਿਆ। ਡਰੱਗ ਮਾਮਲੇ ਦੇ ਵਿੱਚ ਮਜੀਠੀਆ ਨੂੰ ਉੱਚ ਅਦਾਲਤ ਨੇ 31 ਜਨਵਰੀ ਤੱਕ ਰਾਹਤ ਦਿੱਤੀ ਹੈ। ਕੋਰਟ ਦੇ ਹੁਕਮਾਂ ਦੇ ਨਾਲ ਮਜੀਠੀਆ 'ਤੇ ਲਟਕ ਰਹੀ ਗ੍ਰਿਫਤਾਰੀ ਦੀ ਤਲਵਾਰ ਹਟ ਗਈ ਹੈ। ਕੋਰਟ ਨੇ ਪੰਜਾਬ ਸਰਕਾਰ ਨੂੰ ਕਿਹਾ ਕਿ ਜਦੋਂ ਤੱਕ ਅਦਾਲਤ ਮਾਮਲੇ ਵਿੱਚ ਅਗਲੀ ਸੁਣਵਾਈ ਨਹੀਂ ਕਰਦੀ ਉਦੋਂ ਤੱਕ ਪਟੀਸ਼ਨਕਰਤਾ ਦੇ ਖਿਲਾਫ ਕੋਈ ਐਕਸ਼ਨ ਨਾ ਹੋਵੇ। ਕੋਰਟ ਨੇ ਇਹ ਵੀ ਕਿਹਾ ਕਿ ਚੋਣਾਂ ਦੇ ਸਮੇਂ ਦੇ ਵਿੱਚ ਅਜਿਹੇ ਮਾਮਲਿਆਂ ਦਾ ਹੜ ਆ ਜਾਂਦਾ ਹੈ। ਕੋਰਟ ਦੇ ਫੈਸਲੇ ਤੋਂ ਅਕਾਲੀ ਦਲ ਰਾਹਤ ਮਹਿਸੂਸ ਕਰ ਰਿਹਾ ਹੈ। ਨੈਕਸਟ ਵਰਕਿੰਗ ਡੇ 'ਚ ਅੱਜ ਮੈਂਸ਼ਨਿੰਗ ਹੋਈ ਔਰ ਮੈਂਸ਼ਨਿੰਗ ਅਲਾਓ ਹੋਈ ਹੈ, ਔਰ ਉੱਥੇ ਪੀ ਚਿਦੰਬਰਮ ਸਾਹਿਬ ਨੇ ਅਪੋਜ਼ ਕੀਤਾ ਹੈ। ਦੁਪਿੰਦਰ ਸਿੰਘ ਪਟਵਾਲੀਆ ਐਡਵੋਕੇਟ ਜਨਰਲ ਸਾਹਿਬ ਨਾਲ ਉਹਨਾਂ ਦੇ ਡਿਪਟੀ ਐਡਵੋਕੇਟ ਜਨਰਲ ਸੀਗੇ, ਉਹਨਾਂ ਦੀ ਹਾਜ਼ਰੀ ਵਿੱਚ ਇਹ ਆਰਡਰ ਪਾਸ ਹੋਇਆ ਹੈ ਕਿ ਸੋਮਵਾਰ ਨੂੰ ਪਟੀਸ਼ਨ ਵਿਲ ਬੀ ਲਿਸਟਿਡ, ਤਦ ਤੱਕ ਨੋਟ ਟੂ ਟੱਚ ਬਿਕਰਮ ਸਿੰਘ ਮਜੀਠੀਆ। ਪੁਲਿਸ ਪੰਜਾਬ
सरकार ते पंजाब पुलिस नूं डायरेक्शन दे दित्ती गई है कि उन्हां नूं बिल्कुल हथ नहीं लाना। तो जाहिर जी गल है कि जी हुण विद इन दैट टाइम वह मजीठे हल्के तो नौ अमृतसर ईस्ट तो दोवें जगह जाके आपका नॉमिनेशन दाखिल करेंगे। मजीठी ते सुप्रीम कोर्ट के फैसले ने अकाली खेमे दे विच जोश भर दिता है, पर कांग्रेस अकालियों नूं ज़्यादा खुश ना होने की नसीहत दे रही है। बाकी तो पता नहीं, पर बिक्रमजीत मजीठिया तू कहना ये जीरे वाला एडा कु आ, एडा कु तो अज भी पंजाब च फिरदा, 6.5 फुट वाला किधर चला गया। जे एडा ही सच्चा सुचा है तो उदन पेश हो जाता पुलिस के सामने, सच्चा बंदा तो पुलिस के सामने पेश हों, भजदा थोड़ी है, जेड़ा चोर हो ही भजदा। बाकी कोर्ट जो फैसला करूगी वह बिल्कुल असलीयत करूगी। वेखो ये कोर्ट का जो प्रोसैस पूरा होया उसके मुताबिक सारा केस रजिस्टर होया, अब जी कोई गल नहीं, कोर्ट अपना काम कर रही है और ये जो पॉलिटिकल बातें हैं ये तो हर पार्टी करती। ड्रग मामले दे विच मजीठिया की अगाऊ जमानत की अर्जी हाई कोर्ट ने रद्द कर दी सी, पर नाल ही हाई कोर्ट ने मजीठिया नूं 3 दिन की राहत दिती सी तां जो वह सुप्रीम कोर्ट जा सकन। हुण सुप्रीम कोर्ट ने 31 जनवरी तक मजीठिया नूं राहत दिती है अते मजीठिया अपनी नामजदगी आसानी दे नाल भर सकणगे। चंडीगढ़ तो उमेश शर्मा दे नाल अमृतसर तो नपिंदर बराड़, न्यूज 18। उधर अकाली दल के बुलारा से बिक्रम मजीठिया के वकील अर्शदीप कलेर की अगवाई के चुनाव कमिशन को मंग पत्र सौंपा गया। बिक्रम मजीठिया के घर 24 ते 25 जनवरी को हुई रेड को लेकर चुनाव कमिशन के कोल शिकायत दी गई। अर्शदीप कलेर ने मुख्यमंत्री चन्नी ते डिप्टी सीएम रंधावा के वालों सियासी दबाव बना के रेड करवाने के इल्जाम लगाए। अपना चीफ इलेक्शन कमिश्नर मिलन आए थे, असी इन्हों के तुसी इस गल की गंभीरता जांच करो के मॉडल कोड ऑफ कंडक्ट लगे होने के बावजूद भी अफसर किस पॉलिटिशियन की शह से काम कर रहे हैं, उन्होंने पॉलिटिकल एजेंडे चला रहे हैं। और खास करके मैं फिर दोबारा नाम लेना चाहना कि ब्यूरो ऑफ इन्वेस्टिगेशन के जेडे चीफ ने जिन्होंने बिल्कुल मॉडल कोड ऑफ कंडक्ट तो, क्योंकि ब्लू आइड बॉय ने वो कांग्रेस के, उन्होंने लिया के इस पोस्ट पर बिठाया गया। और अज उन्हों की जवाबदेही है कि क्यों उन्होंने हाईकोर्ट के ऑर्डर वायोलेट किए, वो ऑर्डर जेडे पी चिदंबरम जेडे सीनियर एडवोकेट है सुप्रीम कोर्ट के, उन्हों की हाजरी के होए, पंजाब के एडवोकेट जनरल की हाजरी के होए, सीनियर DAG धूरीवाला की हाजरी के होए, कि ऐसी मजबूरी सी, कि ऐसा पोलीटिकल प्रैशर से बी चंद्रशेखर से कि उन्होंने हाईकोर्ट के ऑर्डर की बिना परवाह किए एक इलीगल रेड बिक्रम मजीठिया साहब के घर उत्ते की। सो यह हूँ एक बहुत जांच का विषय है और जेडे भी अफसर ने गलत काम किया असी इलेक्शन कमीशन तो डिमांड करते हैं कि उन्होंने खिलाफ स्ट्रिक्ट तो स्ट्रिक्ट एक्शन लिया जाए। हुण गल करांगे कांग्रेस दी। पंजाब दे रण दे विच राहुल गांधी उतरे, राहुल नवीं सोच नवां पंजाब देण पहुंचे। राहुल ने ऐलान किया कि वर्करां दी राय दे नाल कांग्रेस सीएम चेहरा चुनेगी ते चोण पिंड दे विच नितरेगी। चन्नी ने एकता दी गल कीती तां सिद्धू ने भी कहा कि फैसला जो भी होवेगा मंजूर होवेगा।